ਕਰਾਂਗੇ 10ਵੀਂ ਜਮਾਤ ਸਮਾਜਿਕ ਸਿੱਖਿਆ ਪਾਠ ਨੰਬਰ 6 ਇਤਿਹਾਸ ਭਾਗ ਦਾ ਹੈਗੇ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਇਹ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਉੱਤਰ ਕਰਨਾ ਸ਼ੁਰੂ ਕਰਦੇ ਹਾਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਇੱਕ ਸ਼ਬਦ ਜਾਂ ਫਿਰ ਇੱਕ ਤੋਂ ਲੈ ਕੇ 15 ਸ਼ਬਦਾਂ ਦੇ ਵਿੱਚ ਲਿਖੋ ਪ੍ਰਸ਼ਨ ਨੰਬਰ 1 ਹੈਗੇ ਹੁਕਮਨਾਮੇ ਵਿੱਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਲਿਖਿਆ ਸੀ ਉਹਨਾਂ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਸੰਦੇਸ਼ ਦਿੱਤੇ ਸੀ ਉੱਤਰ ਹੁਕਮਨਾਮੇਆਂ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਲਿਖਿਆ ਸੀ ਕਿ ਅੱਗੇ ਤੋਂ ਬੰਦਾ ਸਿੰਘ ਬਹਾਦਰ ਉਹਨਾਂ ਦਾ ਰਾਜਨੀਤਿਕ ਆਗੂ ਹੋਵੇਗਾ ਉਹ ਮੁਗਲਾਂ ਵਿਰੁੱਧ ਧਰਮ ਯੁੱਧ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ ਪ੍ਰਸ਼ਨ ਨੰਬਰ 2 ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ ਉੱਤਰ ਮੁਗਲਾਂ ਵਿਰੁੱਧ ਸੈਨਿਕ ਸੈਨਿਕ ਕਾਰਵਾਈ ਕਰਨ ਲਈ ਪ੍ਰਸ਼ਨ ਨੰਬਰ 3 ਸਮਾਣੀ ਇੱਥੇ ਸਮਾਣੀ ਲਿਖਿਆ ਜਾਏਗਾ ਠੀਕ ਹੈ ਸਮਾਣੀ ਨਾਣੇ ਨੂੰ ਲਾਮਾ ਸਮਾਣੀ ਸਮਾਣੀ ਉੱਤੇ ਬੰਦਾ ਸਿੰਘ ਬਹਾਦਰ ਨੇ ਹਮਲਾ ਕਿਉਂ ਹਮਲਾ ਕੀਤਾ ਉੱਤਰ ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਦ ਜਲਾਲੁਦੀਨ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਮਲ ਬੇਗ ਤੇ ਬਾਂਸ਼ਲ ਬੇਗ ਵੀ ਰਹਿੰਦੇ ਸਨ ਕਿਉਂ ਹਮਲਾ ਕੀਤਾ ਸੀ ਉਸਤੇ ਸਮਾਣੇ ਦੇ ਉੱਤੇ ਬੰਦਾ ਸਿੰਘ ਬਹਾਦਰ ਨੇ ਹਮਲਾ ਕਿਉਂ ਕੀਤਾ ਸੀ ਕਿਉਂਕਿ ਉੱਥੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਦ ਜਲਾਲੁਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਮਲ ਬੇਗ ਤੇ ਬਾਂਸ਼ਲ ਬੇਗ ਰਹਿੰਦੇ ਸਨ ਪ੍ਰਸ਼ਨ ਨੰਬਰ 4 ਬੰਦਾ ਸਿੰਘ ਬਹਾਦਰ ਵੱਲੋਂ ਪੂਟਾ ਪਿੰਡ ਉੱਤੇ ਹਮਲਾ ਕਰਨ ਦਾ ਕੀ ਕਾਰਨ ਸੀ ਉੱਤਰ ਕਿਉਂਕਿ ਕੁਝ ਮੁਗਲ ਸੈਨਿਕ ਜ਼ਮੀਨ ਦੇ ਉਗਰਾਹੇ ਹੋਏ ਮਾਮਲੇ ਦੇ ਤਨ ਨਾਲ ਪੂਈ ਪਿੰਡ ਠਹਿਰੇ ਹੋਏ ਸਨ ਆਪਣੀ ਇੱਥੇ ਆਪਣੀ ਲਿਖਿਆ ਜਾਏਗਾ ਠੀਕ ਹੈ ਆਪਣੀ ਸੈਨਿਕ ਲੋਡ ਨੂੰ ਮੁੱਖ ਰੱਖਦਿਆਂ ਬੰਦਾ ਸਿੰਘ ਬਹਾਦਰ ਨੇ ਪੂਟਾ ਪਿੰਡ ਤੇ ਹਮਲਾ ਕੀਤਾ ਪ੍ਰਸ਼ਨ ਨੰਬਰ 5 ਬੰਦਾ ਸਿੰਘ ਬਹਾਦਰ ਨੇ ਸੰਡਾਉਰਾ ਉੱਤੇ ਹਮਲਾ ਕਿਉਂ ਕੀਤਾ ਉੱਤਰ ਕਿਉਂਕਿ ਸੰਡਾਉਰੇ ਦਾ ਹਾਕਮ ਉਸਮਾਨ ਖਾਨ ਹਿੰਦੂ ਲੋਕਾਂ ਤੇ ਅਤਿਆਚਾਰ ਕਰਦਾ ਸੀ ਅਤੇ ਉਸ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਕਤਲ ਕਰਵਾ ਦਿੱਤਾ ਸੀ ਅੱਗੇ ਦੇਖਦੇ ਹਾਂ ਪ੍ਰਸ਼ਨ ਨੰਬਰ 6 ਪ੍ਰਸ਼ਨ ਨੰਬਰ 6 ਦੇ ਵਿੱਚ ਹੈਗੇ ਆ ਬੰਦਾ ਸਿੰਘ ਬਹਾਦਰ ਦੇ ਚੱਪੜ ਜਿੜੀ ਅਤੇ ਸਰਹੰਦ ਦੇ ਤੇ ਹਮਲੇ ਦੇ ਕੀ ਕਾਰਨ ਸਨ ਉੱਤਰ ਸਰਹੰਦ ਦੇ ਸੂਬੇਦਾਰ ਵजीर खान ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਬਹੁਤ ਤਸੀਹੇ ਦਿੱਤੇ ਸਨ ਉਸ ਨੂੰ ਸਬਕ ਸਿਖਾਉਣ ਲਈ ਬੰਦਾ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ ਪ੍ਰਸ਼ਨ ਨੰਬਰ 7 ਰਾਹੋ ਦੀ ਲੜਾਈ ਦੇ ਕੀ ਕਾਰਨ ਸਨ ਉੱਤਰ ਜਲੰਧਰ ਦੁਆਬੇ ਦੇ ਸਿੱਖਾਂ ਨੇ ਮੁਗਲ ਰਾਜ ਨੂੰ ਖਤਮ ਕਰਨ ਲਈ ਅਤੇ ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਇਹ ਲੜਾਈ ਕੀਤੀ। ਪ੍ਰਸ਼ਨ ਨੰਬਰ 8 ਹੈਗੇ ਸਾਡਾ ਅਗਲਾ। ਵਜ਼ੀਰ ਖਾਨ ਕਿੱਥੋਂ ਦਾ ਸੂਬੇਦਾਰ ਸੀ? ਇਸ ਦੀ ਬੰਦਾ ਬਹਾਦਰ ਨਾਲ ਕਿੱਥੇ ਲੜਾਈ ਕਿਸੇ ਸਥਾਨ ਤੇ ਲੜਾਈ ਹੋਈ? ਉੱਤਰ ਵਜ਼ੀਰ ਖਾਨ ਸਰਹਿੰਦ ਦਾ ਸੂਬੇਦਾਰ ਸੀ। ਉਸ ਦੀ ਬੰਦਾ ਬਹਾਦਰ ਨਾਲ ਲੜਾਈ ਚੱਪੜਚੀੜੀ ਦੇ ਸਥਾਨ ਤੇ ਹੋਈ। ਪ੍ਰਸ਼ਨ ਨੰਬਰ 9 ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਰੇ ਲਿਖੋ 19 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਅਗਲਾ ਪ੍ਰਸ਼ਨ ਹੈਗੇ ਕਰੋੜ ਸਿੰਘੀਆ ਮਿਸਲ ਦਾ ਇਹ ਨਾਂ ਕਿਵੇਂ ਪਿਆ ਇਸਦੇ ਬਾਨੀ ਕਰੋੜਾ ਸਿੰਘ ਦੇ ਨਾਮ ਤੇ ਕਰੋੜਾ ਸਿੰਘ ਕਰੋੜਾ ਮਿਸਲੀਆ ਦਾ ਨਾਂ ਕਰੋੜ ਸਿੰਘ ਕਰੋੜ ਸਿੰਘੀਆ ਮਿਸਲ ਦਾ ਨਾਂ ਇਹ ਨਾਂ ਕਿਵੇਂ ਪਿਆ ਸੀ ਇਸਦੇ ਬਾਨੀ ਕਰੋੜਾ ਸਿੰਘ ਦੇ ਨਾਮ ਤੇ ਸਦਾਕਾਰ ਕੌਣ ਸੀ ਸਦਾਕਾਰ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਅਤੇ ਕਨਈਆ ਮਿਸਲ ਦੀ ਨੇਤਾ ਤਾਂ ਬੱਚਿਓ ਇਸ ਪਾਠ ਦੇ ਪ੍ਰਸ਼ਨ ਉੱਤਰ ਪੂਰੇ ਹੋ ਚੁੱਕੇ ਨੇ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ